ਪੰਜਾਬ ਵਿੱਚ ਗੈਂਗਸਟਰਾਂ ਦੀ ਵੱਧ ਰਹੀ ਦਹਿਸ਼ਤ ਨੂੰ ਠੱਲ ਪਾਉਣ ਦੇ ਲਈ ਪੰਜਾਬ ਪੁਲਿਸ ਵੱਲੋਂ ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁਹਿੰਮ ਵਿੱਢੀ ਗਈ ਹੈ। ਇਸ ਦੇ ਨਾਲ ਨਾਲ ਹੀ ਪੰਜਾਬ ਦੇ ਆਲਾ ਅਧਿਕਾਰੀਆਂ ਵੱਲੋਂ ਮਾਮਲੇ ਦੀ ਜੜ ਤੱਕ ਅਪੜਨ ਲਈ ਗੈਂਗਸਟਰਾਂ ਪ੍ਰਤੀ ਨੌਜਵਾਨ ਪੀੜ੍ਹੀ ਦੇ ਵੱਧ ਰਹੇ ਪ੍ਰਭਾਵ ਸੰਬੰਧੀ ਵੀ ਖਾਸਾ ਨੋਟਿਸ ਲਿਆ ਗਿਆ ਏ। ਇਸੇ ਤਹਿਤ ਪੰਜਾਬ ਪੁਲਿਸ ਦੇ ADGP ਰੋਹਿਤ ਚੌਧਰੀ ਨੇ ਅੰਮ੍ਰਿਤਸਰ ਸਾਹਿਬ ਵਿੱਚ ਪੁਲਿਸ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਗੈਂਗਸਟਰਾਂ ਨੂੰ ਫੜਨ ਲਈ ਦੋ ਤਰੀਕੇ ਦੀਆਂ ਵਿਧੀਆਂ ਅਪਣਾ ਰਹੀ ਹੈ। ਪੰਜਾਬ ਵਿੱਚ ਬਹੁਤੇ ਅਜਿਹੇ ਗੈਂਗਸਟਰ ਨੇ ਜਿਨ੍ਹਾਂ ਨੂੰ ਸੁਧਰਨ ਦੇ ਲਈ ਇੱਕ ਮੌਕਾ ਜ਼ਰੂਰ ਦੇਣਾ ਬਣਦਾ ਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਪੁਲਿਸ ਨੇ ਨਾਭਾ ਜੇਲ੍ਹ ਬ੍ਰੇਕ ਦੇ ਮਾਮਲੇ ਵਿੱਚ 20 ਤੋਂ 22 ਸਾਲ ਦੇ ਇੱਕ ਅਜਿਹੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਕਿ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ। ਕ੍ਰਿਮੀਨਲਸ ਹਨ ਉਹਦੇ ਲਈ ਸਪੈਸ਼ਲ ਟੀਮਾਂ ਵੀ ਬਣਾਈਆਂ ਸੀ। ਉਹਦਾ ਰਿਕਾਰਡ ਅਸੀਂ ਇਮੀਡੀਏਟਲੀ ਸਾਰੇ ਥਾਣਿਆਂ ਨੂੰ ਔਰ ਪੂਰੇ ਪੰਜਾਬ ਦੇ ਵਿੱਚ ਸਾਰੇ ਨਾਕਿਆਂ ਤੱਕ ਪਹੁੰਚਾਉਣ ਦੇ ਜੋ ਹੈ ਉਪਰਾਲੇ ਕੀਤੇ ਹਨ। ਔਰ ਇਸ ਤੋਂ ਇਲਾਵਾ ਜਿਹੜੇ ਬੱਚੇ ਮਿਸਗਾਈਡ ਹੋ ਕੇ ਔਰ ਮਿਸਕਨਸੈਪਸ਼ਨ ਦੇ ਵਿੱਚ ਇਹਦੇ ਕੰਮ ਦੇ ਵਿੱਚ ਪੈ ਰਹੇ ਹਨ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਦੀ ਫੈਮਿਲੀਜ਼ ਨਾਲ ਤੱਕ ਵੀ ਕੰਟੈਕਟ ਕਰ ਰਹੇ ਹਾਂ। ਸੋ ਨਾਭਾ ਜੇਲ੍ਹ ਤੁਸੀਂ ਪੜ੍ਹਿਆ ਹੋਣਾ, ਬੜਾ ਫੇਮਸ ਉਹ ਜੇਲ੍ਹ ਬ੍ਰੇਕ ਹੋਇਆ ਸੀਗਾ। ਉਹਦੇ ਵਿੱਚ ਇੱਕ ਜੋ ਅਰੈਸਟ ਕੀਤੇ ਕੁਝ ਬੰਦੇ, ਇਹ ਲੜਕਾ ਸੜਾ ਕੇ 20-22 ਸਾਲ ਦਾ ਬੱਚਾ ਸੀ। ਮੈਂ ਉੱਥੇ ਜੇਲ੍ਹ ਦੇ ਵਿੱਚ ਉਹਨੂੰ ਮਿਲਿਆ, ਮੈਂ ਬੜਾ ਹੈਰਾਨ ਕਿਉਂਕਿ ਉਹ ਹੁਣ ਬੜੀ ਸਪੈਸ਼ਲ ਕੈਟੇਗਰੀ ਵਿੱਚ ਆ ਗਿਆ। ਤੋਂ ਪਤਾ ਲੱਗਿਆ ਉਹ 5th ਈਅਰ ਸਟੂਡੈਂਟ ਸੀ ਲਾਅ ਦਾ, ਪਹਿਲਾ ਹੀ ਕ੍ਰਾਈਮ ਸੀ ਉਹਦਾ। ਹੁਣ ਮੈਂ ਸਮਝਦਾ ਉਹ ਪੂਰੀ ਜ਼ਿੰਦਗੀ ਰਿਗਰੈਟ ਕਰੇਗਾ ਇਸ ਚੀਜ਼ ਨੂੰ ਕਿ ਮੈਂ